ਅਸਲਾਮੁਅਲੈਕੁਮ ਦੋਸਤੋ, ਮੇਰਾ ਨਾਮ ਉਸਮਾਨ ਅਲੀ ਅਤੇ ਤੁਸੀਂ ਵੇਖ ਰਹੇ ਜੀ ਉਸਮਾਨ ਵਿਲੇਜ ਵਲੌਗ। ਅੱਜ ਦੇ ਇਸ ਵਲੌਗ ਦੇ ਵਿੱਚ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਅਸੀਂ ਚਾਵਲ ਜਿਹੜਾ ਦਾਣ ਉਹ ਦੁਬਾਰਾ ਤੋਂ ਵੱਢਣਾ ਸ਼ੁਰੂ ਕਰ ਦਿੱਤਾ ਹੈ। ਚੈੱਕ ਕਰ ਸਕਦੇ ਜੇ ਉਹ ਪਿਛਲੀ ਸਾਈਡ 'ਤੇ ਮਸ਼ੀਨ ਲੱਗੀ ਹੋਈ ਅਤੇ ਇਹ ਤੁਹਾਨੂੰ ਮੈਂ ਦੱਸਿਆ ਸੀ ਵੀ ਸਾਡੇ ਕੁਛ 6-7 ਏਕੜ ਸਾਡੀ ਰਹਿ ਗਈ ਹੈ ਅਤੇ ਬਾਕੀ ਸੁਪਰੀ ਮੁੰਜੀ ਇਹ ਚਾਵਲ ਹੈਗਾ ਜਿਹੜਾ ਬੰਦੇ ਹੱਥਾਂ ਨਾਲ ਵੱਢ ਰਹੇ ਨੇ ਅਤੇ ਉਹ ਅਲੀਹਦਾ ਹੈ, ਉਹ ਬੰਦੇ ਵੱਢ ਰਹੇ ਨੇ ਅਲੀਹਦਾ ਅਤੇ ਉਹਦੀ ਅਸੀਂ ਪਰਾਲੀ ਬਣਾਉਣੀ ਹੈ ਜਿਹੜੀ ਆਲੂਆਂ ਵਾਸਤੇ ਇਸਤੇਮਾਲ ਕਰ ਸਕੀਏ। ਅਤੇ ਇਹ ਜਿਹੜੀ ਇਹ ਵੈਸੀ ਵੱਢ ਰਹੇ ਹਾਂ 1509 ਇਹ ਮੁੰਜੀ ਹੈ, ਉਹ ਸੁਪਰੀ ਸੀ। ਉਹ ਪਿਛਲੀ ਵੀਡੀਓ ਮੈਂ ਕੱਲ੍ਹ ਅਪਲੋਡ ਕੀਤੀ ਹੈ ਵੀਡੀਓ, ਅਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਵੀ ਪਰਾਲੀ ਨੂੰ ਕੀ ਕਰਨਾ, ਅਸੀਂ ਆਲੂਆਂ ਦੇ ਬਾਰੇ 'ਚ ਦੱਸਿਆ ਸੀ ਵੀ ਅਸੀਂ ਆਲੂਆਂ 'ਤੇ ਇਸਤੇਮਾਲ ਕਰੀ ਦੀਏ ਉਹ ਪਰਾਲੀ ਆਲੂਆਂ ਵਾਸਤੇ, ਜਦੋਂ ਆਲੂਆਂ ਦਾ ਰੇਟ ਜਿਹੜਾ ਨਾਕਸ ਹੁੰਦਾ ਹੈ ਅਤੇ ਫਿਰ ਉਹ ਸਟੋਰ ਕਰਕੇ ਉਹਦੇ ਉੱਤੇ ਪਰਾਲੀ ਦੇ ਦੀਦੀ ਹੈ। ਅਤੇ ਮੱਝਾਂ ਵਗੈਰਾ ਵਾਸਤੇ ਵੀ ਲੋਕ ਇਸਤੇਮਾਲ ਕਰਦੇ ਨੇ ਪਰਾਲੀ, ਅਤੇ ਉੱਦਾਂ ਇਸ ਵਜ੍ਹਾ ਤੋਂ ਵੀ ਵੱਢਦੇ ਨੇ। ਬਹਰਹਾਲ ਅਸੀਂ ਆਲੂਆਂ ਵਾਸਤੇ ਇਸਤੇਮਾਲ ਕਰਨੀ, ਦਾੜ ਸਾਡੇ ਕੋਲ ਹੈ, ਇਹ ਪੂਰੇ ਦੀ ਦਾੜ ਹੈਗੀ ਹੈ ਸਾਡੇ ਕੋਲ, ਮੱਝਾਂ ਵਾਸਤੇ ਕਾਫੀ ਹੈਗੀ ਹੈ ਤੂੜੀ, ਅਤੇ ਪਰਾਲੀ ਅਸੀਂ ਨਹੀਂ ਇਸਤੇਮਾਲ ਕਰਦੇ। ਪਰਾਲੀ ਅਸੀਂ ਆਲੂਆਂ ਵਾਸਤੇ ਵਾਸਤੇ ਇਸਤੇਮਾਲ ਕਰੀ ਸੀ, ਬਾਕੀ ਫਿਰ ਲੋਕ ਲੈ ਜਾਂਦੇ ਨੇ ਜਦੋਂ ਅਸੀਂ ਇਸਤੇਮਾਲ ਕਰਕੇ ਛੱਡ ਦਈ। ਅਤੇ ਇਹ ਹੁਣ ਬੰਦੇ ਨੇ ਜਿਹੜੇ ਪਹਿਲੇ ਜਿਹੜੇ ਬੰਦੇ ਨੇ ਮਸ਼ੀਨ ਨਾਲ ਵੱਢੀ ਸੀ ਮੂੰਜੀ, ਇਹ ਚਾਵਲ ਪਹਿਲੇ ਜਿਹੜਾ ਕੱਟਿਆ ਸੀ ਉਹ ਹੀ ਬੰਦਾ ਆਇਆ ਹੋਇਆ ਫਿਰ ਦੁਬਾਰਾ ਤੋਂ ਵੱਢਣ ਵਾਸਤੇ। ਇਹ ਸਾਡੀ ਆਖਰੀ ਰਹਿ ਗਈ ਹੈ, ਆਖਰੀ ਮਤਲਬ ਕਿ 7 ਏਕੜ ਰਹਿ ਗਈ ਹੈ, ਮਤਲਬ ਦੁਬਾਰਾ ਉਸ ਸਾਈਡ 'ਤੇ, ਅਤੇ ਬਾਕੀ 6.5 ਕਿੱਲੇ ਇਸ ਸਾਈਡ 'ਤੇ ਹੈਗੀ ਹੈ। ਅਤੇ 6.5 ਕਿੱਲੇ ਜਿਹੜੇ ਇਹ ਤਾਂ ਹੁਣ ਵੱਢੀ ਖਲੋਤਾ, ਤਕਰੀਬਨ 2 ਏਕੜ ਮਗਰ ਰਹਿ ਗਈ ਹੈ ਵੱਢਣ ਵਾਲੀ। ਅਤੇ ਦੁਬਾਰਾ ਜਿਹੜਾ ਉਹ ਵੀ 1509 ਦਾ ਹੈ, ਅਤੇ ਉਹ ਅਸੀਂ ਹੱਥਾਂ ਤੋਂ ਹੀ ਵਢਾ ਲੈਣਾ ਹੈ, ਪਰਾਲੀ ਬਣ ਜਾਵੇਗੀ ਜਿਹੜੀ ਅਸੀਂ ਆਲੂਆਂ ਦੇ ਉੱਤੇ ਦੇ ਰਹੇ, ਕਿਉਂਕਿ ਉਹ ਹੋਰ ਸਾਈਡ 'ਤੇ ਉੱਧਰ ਮਸ਼ੀਨ ਜਾਣੀ ਨਹੀਂ ਦੀ ਅਤੇ ਉੱਧਰ ਫਿਰ ਵੜੀਨੀ ਨਹੀਂ, ਇਸ ਵਜ੍ਹਾ ਤੋਂ ਇਹਦੇ ਕੋਲ ਵਢਾ ਲੈਣੀ, ਹੱਥਾਂ ਤੋਂ ਵਢਾ ਲੈਣੀ। ਅਤੇ ਇਹ ਜਨਾਬ ਟਰਾਲਾ ਹੈ, ਪਹਿਲੇ ਵੀ ਤੁਸੀਂ ਵੇਖਿਆ ਟਰਾਲਾ ਇਹ ਭਰ ਰਿਹਾ ਹੁਣ, ਇਹ ਚੈੱਕ ਕਰ ਸਕਦੇ, ਥੋੜ੍ਹਾ ਜਿਹਾ ਗੰਦ ਵੀ ਹੈਗਾ ਵਿੱਚ ਕਚਰਾ ਜਿਹਾ, ਇਹ ਉੱਥੇ ਸਫਾਈ ਹੋ ਜਾਵੇਗੀ ਜਦੋਂ ਮੰਡੀ ਜਾਵੇਗੀ। ਕਰ ਸਕਦੇ ਤੁਸੀਂ 4 ਪੜੋਲੇ ਉਹਨੇ ਲਾ ਦਿੱਤੇ ਨੇ ਭਰ ਭਰ ਕੇ ਇਸ ਜਗ੍ਹਾ 'ਤੇ, ਅਤੇ ਪਿਛਲੀ ਸਾਈਡ 'ਤੇ ਜੇ ਹੁਣ ਉਹ ਬੰਦਾ ਪਿਆ ਬਸ ਵੜਿਆ ਖਲੋਤਾ, 10 ਮਿੰਟ ਹੋਰ ਲੱਗਣੇ ਨੇ ਭਰ ਜਾਣਾ, ਫਿਰ ਉਹਨੇ ਵਾਪਸ ਲੈ ਕੇ ਆਉਣੀ ਹੈ। ਇਸ ਇੰਨੀ ਹੋ ਗਈ ਹੈ, ਇਹ 1509 ਹੈ, ਇਹਦਾ ਚਾਵਲ ਹੁੰਦਾ ਲੰਬਾ, ਅਤੇ ਇਹਦਾ ਚਾਵਲ ਲੰਬਾ ਲੰਬਾ ਹੁੰਦਾ, ਅਤੇ ਦੂਸਰੀ ਇਹਦੇ ਤੋਂ ਅੱਧਾ ਚਾਵਲ ਹੁੰਦਾ, ਉਹ ਛੋਟਾ ਛੋਟਾ ਚਾਵਲ ਹੁੰਦਾ ਬਿਲਕੁਲ ਸੁਪਰੀ, ਜਿਹੜੀ ਅਸੀਂ ਉਸ ਸਾਈਡ 'ਤੇ ਬੀਜੀਏ ਬੰਦੇ ਜਿਹੜੇ ਵੱਢਦੇ ਪਏ ਨੇ। ਅਤੇ ਹੁਣ ਮੈਂ ਤੁਹਾਨੂੰ ਇਹਨਾਂ ਦਾ ਰੇਟ ਦੱਸ ਦੇਵਾਂ ਵੀ ਸੁਪਰੀ ਦਾ ਰੇਟ ਕੀ ਚੱਲ ਰਿਹਾ, ਅਤੇ 1509 ਚਾਵਲ ਦਾ ਰੇਟ ਕੀ ਚੱਲ ਰਿਹਾ। ਜਿਹੜਾ ਹੈ 1509 ਉਹਦਾ 2000-2100 ਤੱਕ ਰੇਟ ਹੈਗਾ, 2150 ਤੱਕ, ਅਤੇ ਜਿਹੜੀ ਸੁਪਰੀ ਹੈ ਉਹਦਾ ਰੇਟ ਹੈਗਾ 1300-1350 ਤੱਕ। ਜਿਹੜੀ ਸੁਪਰੀ ਹੈ ਉਹ ਅਸੀਂ ਕੁੱਟ ਕੇ ਬੰਦੇ ਵੱਢ ਕੇ ਕੁੱਟ ਕੇ ਜਿਹੜੀ ਹੈ ਉਹ ਅਸੀਂ ਬੋਰੀਆਂ 'ਚ ਪਾ ਕੇ ਘਰ ਰੱਖੀ ਜਾਂਦੇ ਹਾਂ, ਤਾਂ ਕਿ ਰੇਟ ਜਦੋਂ ਅੱਛਾ ਹੋਵੇਗਾ ਉਦੋਂ ਅਸੀਂ ਉਹਨੂੰ ਵੇਚ ਦੇਵਾਂਗੇ। ਅਸੀਂ ਲਾਉਣੀ ਤਾਂ 1509 ਹੀ ਸੀ ਸਾਰੀ, ਅਤੇ ਫਿਰ ਸਾਨੂੰ ਪਰਾਲੀ ਦੀ ਜ਼ਰੂਰਤ ਹੁੰਦੀ ਹੈ, ਅਤੇ ਅਸੀਂ 3.5 ਏਕੜ ਜਿਹੜੀ ਹੈ ਉਹ ਲਾਈ ਸੀ ਸੁਪਰੀ, ਅਤੇ ਫਿਰ ਜਨਾਬ ਉਹ ਪਰਾਲੀ ਹੁਣ ਬਣ ਜਾਵੇਗੀ ਲੈਦਾ ਹੁੰਦੀ। ਅਤੇ ਸੁਪਰੀ ਰੇਟ ਤਾਂ ਥੋੜ੍ਹਾ ਹੈ, ਇਹ ਕਿੱਲਾ 40-50 ਹਜ਼ਾਰ ਦਾ ਹੁੰਦਾ, ਅਤੇ ਇਹ ਜਿਹੜਾ ਕਿੱਲਾ ਹੈ ਇਹ 1 ਲੱਖ ਦੇ ਕਰੀਬ ਪਹੁੰਚ ਜਾਂਦਾ। ਸੋਚ ਰਿਹਾ ਹੋਵੇਗਾ ਵੀ ਪਰਾਲੀ ਅਤੇ ਸੁਪਰੀ ਦੀ ਇਹ 1509 ਦੀ ਵੀ ਬਣ ਜਾਂਦੀ ਹੈ, ਅਤੇ ਸੁਪਰੀ ਕਿਉਂ ਬੀਜੀ ਦੀ ਹੈ, ਇਹ ਵੀ ਓਡੀ ਓਡੀ ਹੁੰਦੀ ਹੈ ਅਤੇ ਸੁਪਰੀ ਵੀ ਓਡੀ ਓਡੀ ਹੋ ਜਾਂਦੀ ਹੈ। ਅਤੇ ਸੁਪਰੀ ਜਿਹੜੀ ਹੈ ਉਹਦਾ ਜਿਹੜਾ ਝਾੜ ਹੈ, ਮਤਲਬ ਜਿਹੜੀ ਉਹਨੂੰ ਝਾੜੀ ਦੀ ਹੈ ਥੱਲੇ ਕੁੱਟੀ ਦੀ ਡਰੰਮ ਵਗੈਰਾ 'ਤੇ ਕਿਸੇ ਚੀਜ਼ 'ਤੇ, ਉਹ ਝੜ ਜਲਦੀ ਜਾਂਦੀ ਹੈ, ਉਹਨੂੰ ਕੁੱਟੋ ਸਾਰੀ ਲੈ ਜਾਂਦੀ, 2-3 ਵਾਰੀ ਮਾਰੋ ਗੁੱਠੀ ਬਣਾ ਕੇ ਅਤੇ ਉਹ ਸਾਰੀ ਲੈ ਜਾਂਦੀ ਹੈ, ਨਾਲੋਂ ਚਾਵਲ ਜਿਹੜਾ ਸਾਰਾ ਲੈ ਜਾਂਦਾ, ਅਤੇ ਜਿਹੜੀ ਪਰਾਲੀ ਉਹ ਲੈਦਾ ਹੋ ਜਾਂਦੀ ਹੈ। ਅਤੇ ਜਿਹੜੀ ਸੁਪਰੀ ਹੈ ਇਹਨੂੰ ਕੁੱਟਦੇ ਰਹੋ, ਇਹ ਜਿਹੜੀ ਹੈ ਸੁਪਰੀ ਇਹ ਨਹੀਂ ਹੁੰਦੀ, ਮਤਲਬ ਨਹੀਂ ਲੈਂਦੀ, ਥੋੜ੍ਹੀ ਬਹੁਤ ਹੀ ਲੈਂਦੀ ਹੈ, ਬਾਕੀ ਨਾਲ ਹੀ ਖਲੋਤੀ ਰਹਿੰਦੀ। ਇਹ ਸਖਤ ਦਾਣਾ ਹੁੰਦਾ, ਸਖਤ ਨਾਲ ਇਹਦੇ ਸਿੱਟਾ ਜਿਹੜਾ ਜੰਮਿਆ ਹੁੰਦਾ ਸਖਤ ਹੁੰਦਾ, ਅਤੇ ਜਿਹੜਾ ਸੁਪਰੀ ਦਾ ਹੈ ਉਹਨੂੰ 2-3 ਧੁੱਪਾਂ ਲੱਗਣ ਵੱਢ ਕੇ, ਅਤੇ ਉਹ ਜਲਦੀ ਜਿਹੜਾ ਹੈ ਉਸ ਨਰਮ ਹੋ ਜਾਂਦਾ ਦਾਣਾ, ਅਤੇ ਉਹਨੂੰ ਮਾਰੋ ਕਿਸੇ ਡਰੰਮ ਵਗੈਰਾ 'ਤੇ ਅਤੇ ਉਹ ਲੈ ਜਾਂਦੀ ਹੈ। ਅਤੇ ਇਹ ਜਿਹੜੀ 1509 ਇਹ ਦਾਣਾ ਸਖਤ ਹੁੰਦਾ ਅਤੇ ਇਹ ਜਲਦੀ ਨਹੀਂ ਲੈਂਦਾ। ਅਤੇ ਹੁਣ ਉਹ ਬੰਦਾ ਅਗਲੇ ਦੁਆੜੇ 'ਚ ਵੜਿਆ ਹੋਇਆ, ਅਤੇ ਇਹ ਜਿਹੜੀਆਂ ਗੈਲਾਂ ਜਿਹੀਆਂ ਬਣੀਆਂ ਹੋਈਆਂ ਨੇ, ਇਹ ਕਿੱਲਾ ਸੀ ਨਿਕਲਿਆ, ਗਿੱਲਾ ਨਿਕਲਿਆ ਸੀ ਇਹ ਕਿੱਲਾ, ਕੱਲ੍ਹ ਅਸੀਂ ਇੱਧਰ ਮਸ਼ੀਨ ਲਿਆ ਕੇ ਪਹਿਲਾਂ ਪਾਈ ਹੈ, ਕੱਲ੍ਹ ਵੱਢਣ ਆਏ ਸੀ, ਕੱਲ੍ਹ 2 ਏਕੜ ਵੱਢੀ ਹੈ, ਅਤੇ ਹੁਣ ਅੱਗੇ 2 ਏਕੜਾਂ 'ਚ ਵੜੇ ਹੋਏ ਨੇ, 2 ਏਕੜ ਮਗਰ ਰਹਿ ਗਏ ਨੇ। ਅਤੇ ਕੱਲ੍ਹ ਇਹ ਬੰਦਾ ਮਸ਼ੀਨ ਲਿਆ ਸੀ ਪਿਛਲੇ ਟਾਈਮ, ਕੱਲ੍ਹ ਤਾਂ ਸਾਰੀ ਵਿੜੀ ਨਹੀਂ ਕਿਉਂਕਿ ਸ਼ਾਮ ਹੋ ਗਈ ਸੀ, ਅਤੇ ਸ਼ਾਮ ਦੇ ਵਿੱਚ
ਸ਼ਾਮ ਤੋਂ ਬਾਅਦ ਅਸੀਂ ਨਹੀਂ ਵੱਢੀ ਦੀ ਕਿਉਂਕਿ ਦਰੇਲ ਪੈ ਜਾਂਦੀ ਹੈ ਅਤੇ ਕਿਰਨ ਲੱਗ ਪੈਂਦੀ ਹੈ ਚਾਵਲ ਮੋਜੀ ਚਾਵਲ ਕਿਰਨ ਲੱਗ ਪੈਂਦਾ ਹੈ। ਚੈੱਕ ਕਰ ਸਕਦੇ ਜੇ ਗੈਲਾਂ ਬਣੀਆਂ ਪਈਆਂ। ਇਹ ਕਿੱਲਾ ਗਿੱਲਾ ਸੀ, ਜਿਹੜਾ ਅਗਲਾ ਕਿੱਲਾ ਵੱਟਿਆ ਉਹ ਸੁੱਕਾ ਸੀ ਅਤੇ ਉਹ ਵੀ ਕਿੱਲਾ ਸੁੱਕਾ ਹੈ। ਉਹਦੇ ਵਿੱਚੋਂ ਪਾਣੀ ਇਹਨੂੰ ਲੱਗਦਾ ਰਿਹਾ, ਉਹ ਕਿੱਲਾ ਸੁੱਕਾ ਹੈ ਅਤੇ ਇਹ ਗਿੱਲਾ ਹੈ। ਇਹ ਸੇਮ ਜੀ ਵਾਲੀ ਥੋੜ੍ਹੀ ਜਿਹੀ ਜ਼ਮੀਨ ਹੈ, ਇਹ ਇਸ ਵਜ੍ਹਾ ਤੋਂ ਇਹ ਗਿੱਲਾ ਹੈ ਤਾਂ ਕਿਉਂਕਿ ਇਹ ਸੇਮ ਵਾਲੀ ਜ਼ਮੀਨ ਹੈਗੀ ਹੈ ਅਤੇ ਥੋੜ੍ਹਾ ਜਿਹਾ ਇਹ ਮਤਲਬ ਸਾਈਡਾਂ ਤੋਂ ਉੱਚਾ ਹੈ ਅਤੇ ਵਿਸ਼ੇਸ਼ ਜਗ੍ਹਾ ਤੋਂ ਇਹ ਮੈਂ ਇਸ ਵਜ੍ਹਾ ਤੋਂ ਇਹਦਾ ਪਾਣੀ ਬਾਹਰ ਘੱਟ ਹੀ ਨਿਕਲਦਾ ਸੀ, ਇੱਥੇ ਖੜ੍ਹਾ ਰਹਿੰਦਾ ਸੀ ਅਤੇ ਇਸ ਵਜ੍ਹਾ ਤੋਂ ਇਹ ਗਿੱਲਾ ਹੋ ਗਿਆ। ਕੱਲ੍ਹ ਇਸ ਕਿੱਲੇ ਦੇ ਵਿੱਚੋਂ ਪਿਛਲੇ ਟਾਈਮ ਸ਼ਾਮ ਟਾਈਮ ਇਹਨੇ ਬੜੀ ਮੁਸ਼ਕਲ ਇਹ ਕਿੱਲਾ ਵੱਟਿਆ ਕਿਉਂਕਿ ਮਸ਼ੀਨ ਫਸ ਜਾਂਦੀ ਸੀ, ਨਿਕਲ ਜਾਂਦੀ ਸੀ, ਫਸ ਜਾਂਦੀ ਸੀ, ਨਿਕਲ ਜਾਂਦੀ ਸੀ। ਜਿਹੜੇ ਸੀ ਬੈਲਟ ਉਹ ਸਲਿੱਪ ਵੀ ਮਾਰਦੇ ਸੀ ਅਤੇ ਫਿਰ ਵੀ ਇਹਨੇ ਵਾਢੀ ਦਿੱਤੀ, ਨਹੀਂ ਤਾਂ ਕਿੱਲਾ ਖੜੋਤਾ ਰਹਿਣਾ ਸੀ। ਪਹਿਲੇ ਜਿਵੇਂ ਤੁਹਾਨੂੰ ਮੈਂ ਵਿਖਾਈਏ ਵੀ ਸਾਡੀ ਉਹ ਜ਼ਮੀਨ ਨੂੰ ਪਾਣੀ ਪੈ ਗਿਆ ਸੀ, ਤੂੰ ਹੁਣ ਜਾ ਕੇ ਸੀ ਵੱਢੀ, ਅੱਧੀ ਗਿਰ ਗਈ, ਅੱਧੀ ਵੱਢੀ ਜਾ ਕੇ ਅਤੇ ਇਹ ਨਾਲ ਇਹਨਾਂ ਦੇ ਬਣਾ ਦਿੱਤੀ ਜਨਾਬ ਖਾਲੇ ਦੇ ਵਿੱਚੋਂ। ਕਹਿ ਲੈ ਨੂੰ ਗਈ ਤਾਂ ਮਿੱਟੀ ਵਿੱਚ ਛੱਡਦੀ ਸੀ ਬੰਨਿਆਂ ਦੀ ਵੱਢ ਕੇ, ਤਾਂ ਕਿ ਮਸ਼ੀਨ ਜਿਹੜੀ ਉਹ ਆਸਾਨੀ ਨਾਲ ਬਾਹਰ ਨਿਕਲ ਜਾਵੇ। ਅਤੇ ਬੰਦਾ ਉਹ ਪਿਛਲੀ ਸਾਈਡ 'ਤੇ ਚੈੱਕ ਕਰ ਸਕਦੇ ਤੁਸੀਂ, ਉਹ ਸਫੈਦ ਜਿਹੇ ਕੱਪੜੇ ਪਾਏ ਹੋਏ, ਉਹ ਨਾਲ ਨਾਲ ਵੱਢ ਰਿਹਾ ਜਿਹੜੀ ਬੰਨੇ ਦੇ ਨਾਲ ਨਾਲ ਛੁੱਟ ਜਾਂਦੀ ਹੈ। ਇਹ ਚੈੱਕ ਕਰ ਸਕਦੇ, ਇਹ ਬੰਨੇ ਦੇ ਨਾਲ ਨਾਲ ਛੁੱਟੀ ਹੋਈ ਅਤੇ ਇਹ ਨਾਲ ਨਾਲ ਮਸ਼ੀਨ ਨਹੀਂ ਲਗਾਉਂਦੇ ਕਿਉਂਕਿ ਇਹਨਾਂ ਦੇ ਧੰਦੇ ਜਿਹੜੇ ਨੇ ਉਹ ਕਹਿੰਦੇ ਨੇ ਬੰਨੇ ਦੇ ਵਜ੍ਹਾ ਤੋਂ ਛੁੱਟ ਜਾਂਦੇ ਨੇ। ਰੁਪਏ ਮਸ਼ੀਨ ਆ ਗਈ ਚਾਰ ਸਾਲ ਤੋਂ ਸਾਡੀ ਇਹ ਮੁੱਠੀ ਵੱਢ ਲੈ ਰਹੇ ਨੇ, ਚਾਰ ਸਾਲ ਮੁੱਠੀ ਵੱਢਦੇ ਹਨ। ਇਹ ਮਸ਼ੀਨ ਲੈ ਕੇ ਆਉਂਦੇ ਨੇ, ਪਿੱਛੇ ਡਰਾਈਵਰ ਹੋਰ ਹੈਗਾ ਸੀ, ਇਹ ਉਹਦਾ ਸ਼ਾਗਿਰਦ ਸੀ ਅਤੇ ਇਹ ਹੁਣ ਆ ਗਿਆ। ਉਹ ਡਰਾਈਵਰ ਜਿਹੜਾ ਇਸ ਵਾਰੀ ਨਹੀਂ ਆਇਆ, ਉਹਦਾ ਸ਼ਾਗਿਰਦ ਹੁਣ ਆਇਆ। ਜਿਹੜੇ ਸਾਲ ਨੇ ਵੱਡੀ ਸਾਲ ਹੈ ਜਿਹੜਾ ਇਹ ਬੰਦਾ ਉਹਦਾ ਸ਼ਾਗਿਰਦ ਆਇਆ ਜਨਾਬ। ਆ ਗਈ ਹੈ ਮਸ਼ੀਨ ਵਾਪਸ, ਇਸ ਤਰੀਕੇ ਜਨਾਬ ਇਹ ਲੈਂਦੀ ਹੈ, ਡਰਾਈਵਰ ਉੱਤੇ ਫਿਰ ਰਿਹਾ ਮਸ਼ੀਨ ਦੇ, ਇਵੇਂ ਹੀ ਬੋਂਗ ਭਰਿਆ ਜਾਂਦਾ। ਸਾਨੂੰ ਫਿਰ ਲੱਗੀ ਨਹੀਂ ਹੁੰਦੀ ਵੀ ਥੱਲੇ ਲਾ ਕੇ ਫਿਰ ਦੁਬਾਰਾ ਤੋਂ ਲੱਦਣੀ। ਬੋਂਗ ਲਿਆ ਹੈ, ਬਣਵਾਇਆ ਹੋਇਆ ਪਿਛਲੇ ਸਾਲ ਦਾ, ਇਹਨੇ ਵਿੱਚ ਹੀ ਪਾ ਕੇ ਅਤੇ ਮੰਡੀ ਦੇ ਸਿੱਧਾ ਲੈ ਜਾਈ। ਪਹਿਲੇ ਸਾਨੂੰ ਟਰਾਲੇ ਦੇ ਪਹਿਲੇ ਡੇਰੇ ਸੇਵੇ ਕਰਨੀ ਪੈਂਦੀ ਸੀ, ਫਿਰ ਸਾਨੂੰ ਭਰ ਕੇ ਅਤੇ ਟਰਾਲਿਆਂ ਦੇ ਉੱਤੇ ਲੱਦਣੀ ਪੈਂਦੀ ਸੀ। ਅਤੇ ਹੁਣ ਇਹ ਬੋਂਗ ਲਾਇਆ ਅਤੇ ਮਸ਼ੀਨ ਵਿੱਚ ਪੈਂਦੀ ਪਾ ਦਿੰਦੀ ਅਤੇ ਸਿੱਧਾ ਮੰਡੀ ਦੇ ਵਿੱਚ ਉੱਥੇ ਲੈ ਜਾਈਦੀ ਟਰੈਕਟਰ ਦੇ ਨਾਲ। ਜਾਗਦਾ ਇਹ ਪੰਜਵਾਂ ਭਰੋਤਾ ਆਇਆ ਹੁਣ ਮਸ਼ੀਨ ਹੈ, ਜਾਗਦਾ ਪਾ ਦਿੰਦਾ ਮਸ਼ੀਨ। ਸਾਡੀ ਵੀ ਪੂਰੀ ਹਾਲਤ ਹੋਈ ਹੋਈ ਹੈ ਨਾਲ। ਇਹ ਜਨਾਬ 20,000-4,000 ਰੁਪਇਆ ਇੱਕ ਏਕੜ ਦਾ ਇਹ ਲੈਂਦੇ ਨੇ, ਇੱਕ ਏਕੜ ਵੱਢਣ ਦਾ 4,000 ਰੁਪਇਆ ਲੈਂਦੇ ਨੇ। ਅਤੇ ਹੁਣ ਇਹ ਤੇਲ ਵੀ ਲਿਆਂਦਾ, ਇਹਦੇ ਤੇਲ ਖਤਮ ਹੋ ਗਿਆ, ਤੇਲ ਲਿਆ ਕੇ ਦਿੱਤਾ ਇਹਨਾਂ ਨੂੰ 10,000 ਦਾ। ਅਤੇ 4,000 ਰੁਪਇਆ 20 ਏਕੜ ਦਾ ਇਹ ਤੇਲ ਲੈਂਦੇ ਨੇ ਚਾਵਲ ਵੱਢਣ ਦਾ। ਇਹਨਾਂ ਨੇ ਬੰਦਾ ਪਰੋਲਾ ਲਾ ਦਿੱਤਾ, 2 ਏਕੜ ਮਗਰ ਰਹਿ ਗਈ ਜਗ੍ਹਾ ਉਹ ਵੱਢ ਕੇ ਜਨਾਬ ਚਲੇ ਜਾਵਾਂਗੇ। ਜਨਾਬ ਸਾਰੀ ਮੂੰਜੀ ਗਈ ਹੈ ਵੱਢੀ, 6.5 ਏਕੜ ਮੂੰਜੀ ਵੱਢੀ ਗਈ ਹੈ। ਇਹ ਚੈੱਕ ਕਰ ਸਕਦੇ ਜੇ ਆਖਰੀ ਮੂੰਜੀ ਆ ਗਈ ਹੈ, ਇਹਦੇ ਉੱਤੇ ਤਰਪਾਲ ਅਸੀਂ ਵਿਛਾ ਦਿੱਤੀ ਹੈ। ਚੈੱਕ ਕਰ ਸਕਦੇ ਦੁਬਾਰਾ ਦੀ ਤਰਪਾਲ ਉੱਤੇ ਵਿਛਾ ਦਿੱਤੀ, ਪਹਿਲੇ ਥੱਲੇ 15.09 ਪਾਈਏ। ਵੀ ਜਿਹੜਾ ਸਾਡੇ ਕੋਲ 15.09 ਦਾ ਥੁੜ ਗਿਆ ਸੀ, ਮੁੱਕ ਗਿਆ ਸੀ, ਅਤੇ ਫਿਰ ਅਸੀਂ ਵਿੱਚ ਸੂਪਰੀ ਲਾ ਦਿੱਤੀ ਕਿਧਰੇ ਕਿਧਰੇ, 2-3 ਕਨਾਲਾਂ ਵਿੱਚ ਸੂਪਰੀ ਲਾਈਏ ਅਤੇ ਉਹ ਫਿਰ ਅਰਸੀ ਲਹਿਦਾ ਹੀ ਪਾ ਰਿਹਾ ਕਿ ਉਹਦਾ ਲਹਿਦਾ ਰੇਟ ਪੱਕ ਜਾਵੇ। ਇਸ ਤਰੀਕੇ ਦੇ ਨਾਲ ਸਾਰਾ ਕੰਮ ਹੋ ਗਿਆ। ਇਹ ਚੈੱਕ ਕਰ ਸਕਦੇ ਉੱਤੇ ਤਰਪਾਲ ਦੇ ਬੈਰ ਹੈ, ਥੱਲੇ ਦੂਸਰੀ ਹੈ, ਉੱਤੇ ਦੂਸਰੀ।
ਅਤੇ ਅੱਜ ਦਾ ਵਲੋਗ ਮੇਰਾ ਇੰਨਾ ਹੀ ਸੀ ਅਤੇ ਇਨਸ਼ਾਅੱਲਾ ਸੁਬਹਾ ਨੈਕਸਟ ਵੀਡੀਓ ਹੋਵੇਗੀ ਅਤੇ ਨੈਕਸਟ ਵੀਡੀਓ ਦੇ ਬਾਰੇ ਮੈਂ ਤੁਹਾਨੂੰ ਦੱਸਾਂਗਾ ਅਤੇ ਜਾਂਦੇ ਹੋਏ ਮੇਰੇ ਇਸ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਆ ਜੇ ਅਤੇ ਬੈਲ ਆਈਕੋਨ ਨੂੰ ਪ੍ਰੈਸ ਕਰ ਦਿਆ ਜੇ ਤਾਂ ਕਿ ਨਵੀਂ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਅਜ ਜਲਦ ਪਹੁੰਚ ਸਕੇ। ਧੰਨਵਾਦ।